A very good morning to all of you. Today we are going to start with the second topic of South Asia and contemporary world, and the topic is democracy in Bangladesh. As you all know that Bangladesh was a part of Pakistan from 1947 to 1971. Jadon 47 vich India te Pakistan da partition hoya, then Bengal te Assam de areas jede si partitioned area, they got partitioned from the British India. And the people of this area, this region, they were resenting against the domination of Western Pakistan and imposition of Urdu language. Though Pakistan de vich sada desh vandiya gaya si, one is East Pakistan, that is current Bangladesh, and the other one is West Pakistan. Western Pakistan de vich Urdu language boli jandi si, the Urdu culture si, and they were imposing their culture and language to the people of the East Pakistan, and they were resenting against it. And after the partition ਦੇ ਬਹੁਤ ਥੋੜੇ ਸਮੇਂ ਬਾਅਦ ਹੀ ਉੱਥੋਂ ਦੇ ਰਹਿਣ ਵਾਲੇ ਬੰਗਲਾਦੇਸ਼ੀ ਲੋਕਾਂ ਨੇ ਜਿਹੜਾ ਅਨਫੇਅਰ ਟ੍ਰੀਟਮੈਂਟ ਉਹਨਾਂ ਦੇ ਨਾਲ ਹੋ ਰਿਹਾ ਸੀ, ਉਰਦੂ ਲੈਂਗੁਏਜ ਵਾਸ ਇੰਪੋਜ਼ਡ ਔਨ ਬੰਗਾਲੀ ਕਲਚਰ ਐਂਡ ਲੈਂਗੁਏਜਸ, ਸੋ ਦੇ ਵਰ ਆਲਸੋ ਦੇ ਸਟਾਰਟਡ ਡਿਮਾਂਡਿੰਗ ਫੇਅਰ ਰਿਪ੍ਰੈਜੈਂਟੇਸ਼ਨ ਇਨ ਦਾ ਐਡਮਿਨਿਸਟ੍ਰੇਸ਼ਨ ਐਂਡ ਅ ਫੇਅਰ ਸ਼ੇਅਰ ਇਨ ਦਾ ਪੋਲੀਟੀਕਲ ਪਾਵਰ, ਮੀਨਸ ਉਹ ਆਪਣੀ ਸਰਕਾਰ ਦੀ ਡਿਮਾਂਡ ਉਹਨਾਂ ਨੇ ਕਰਨੀ ਸਟਾਰਟ ਕਰ ਦਿੱਤੀ ਸੀ ਫਰੋਮ ਸਟਾਰਟਿੰਗ ਫਰੋਮ 1947 ਓਨਲੀ. ਸ਼ੇਖ ਮੁਜੀਬੁਰ ਰਹਿਮਾਨ, ਦਿਸ ਇਜ਼ ਦ ਸੈਕਿੰਡ ਪੁਆਇੰਟ ਆਫ ਦਿਸ ਕੁਐਸਚਨ. ਸ਼ੇਖ ਮੁਜੀਬੁਰ ਰਹਿਮਾਨ ਉਹ ਸਾਰੇ ਪਾਪੂਲਰ ਸਟਰਗਲਸ ਦੇ ਲੀਡਰ ਸੀ ਜਿਹੜੇ ਕਿ ਵੈਸਟਰਨ ਪਾਕਿਸਤਾਨੀ ਡੋਮੀਨੇਸ਼ਨ ਦੇ ਅਗੇਂਸਟ ਕੰਮ ਕਰ ਰਹੇ ਸੀ, ਐਂਡ ਹੀ ਵਾਂਟਡ ਦੈਟ ਆਟੋਨਮੀ ਸ਼ੁੱਡ ਬੀ ਗਿਵਨ ਟੂ ਦ ਈਸਟਰਨ ਰੀਜਨ. ਈਸਟ ਪਾਕਿਸਤਾਨ ਨੂੰ ਜਿਹੜਾ ਕਿ ਬੰਗਾਲੀ ਲੈਂਗੁਏਜ ਬੋਲਣ ਵਾਲੇ ਲੋਕਾਂ ਦਾ ਰੀਜਨ ਸੀ, ਉੱਥੇ ਉਹਨਾਂ ਨੂੰ ਆਟੋਨਮੀ, ਆਪਣਾ ਖੁਦ ਦਾ ਰਾਜ ਦੀ ਡਿਮਾਂਡ ਸ਼ੇਖ ਮੁਜੀਬੁਰ ਰਹਿਮਾਨ ਦੇ ਅੰਡਰ ਜਿਹੜੇ ਪਾਪੂਲਰ ਸਟਰਗਲ ਪਾਪੂਲਰ ਮੂਵਮੈਂਟ ਸਟਾਰਟ ਹੋਈਆਂ, ਉਹਨਾਂ ਦੀ ਮੇਨ ਡਿਮਾਂਡ ਇਹੀ ਸੀ ਕਿ ਈਸਟਰਨ ਪਾਕਿਸਤਾਨ ਦੇ ਵਿੱਚ ਖੁਦ ਦੀ ਸਰਕਾਰ ਹੋਏ. ਇਨ 1970 ਇਲੈਕਸ਼ਨਸ ਕਰਵਾਏ ਗਏ ਪਾਕਿਸਤਾਨ ਦੀ ਅਵਾਮੀ ਲੀਗ ਇਨ ਦ ਈਸਟ ਪਾਕਿਸਤਾਨ, ਐਂਡ ਅਵਾਮੀ ਲੀਗ ਵਾਸ ਦ political party whose leader was Sheikh Mujibur Rahman. He won all the seats in East Pakistan and majority constant assembly which unne majority bhi hasil kar ditti. Lekin Western Pakistan, West Pakistan ek kadi bhi nahi chamdi si ki Bangladesh de vich East Pakistan de vich koi bhi apne khud di sarkar ja democracy ja parliamentary form of government set up hoye. And the government dominated by the West Pakistan leadership refused to convene the assembly, and they started suppressing that under the jadon Sheikh Mujibur Rahman elections vich jit gaye te utthe constant assembly banan di koi bhi permission West Pakistan di leadership vallon nahi ditti gayi, and afterwards the Sheikh Mujibur Rahman, he was arrested. ਸ਼ੇਖ ਮੁਜੀਬ ਨੂੰ ਅਰੈਸਟ ਕਰ ਲਿਆ ਗਿਆ. ਐਂਡ ਦ ਥਰਡ ਪੁਆਇੰਟ ਸਟਾਰਟਸ ਹੈ, ਦੈਟ ਇਜ਼ ਅੰਡਰ ਦ ਲੀਡਰਸ਼ਿਪ ਆਫ ਜਨਰਲ ਯਹੀਆ ਖਾਨ, ਦ ਪਾਕਿਸਤਾਨੀ ਆਰਮੀ ਟਰਾਈ ਟੂ ਸਪਰੈਸ ਦ ਮਾਸ ਮੂਵਮੈਂਟ ਆਫ ਦ ਬੰਗਾਲੀ ਪੀਪਲ. ਈਸਟ ਪਾਕਿਸਤਾਨ ਦੇ ਵਿੱਚ ਜਿਹੜੀ ਬੰਗਾਲੀ ਲੋਕਾਂ ਦੀ ਮੂਵਮੈਂਟ ਚਲਾਈ ਜਾ ਰਹੀ ਸੀ, ਜਨਰਲ ਯਹੀਆ ਖਾਨ ਦਾ ਉਸ ਸਮੇਂ ਰੂਲ ਸੀ ਪਾਕਿਸਤਾਨ ਦੇ ਵਿੱਚ, ਜਿਵੇਂ ਕਿ ਅਸੀਂ ਪਿਛਲੇ ਕੁਐਸਚਨ ਵਿੱਚ ਵੀ ਕੀਤਾ, ਜਨਰਲ ਯਹੀਆ ਖਾਨ ਨੇ ਆਪਣੀ ਆਰਮੀ ਨੂੰ ਭੇਜਿਆ ਕਿ ਉਹ ਬੰਗਾਲੀ ਲੋਕਾਂ ਦੇ ਮੂਵਮੈਂਟਸ ਨੂੰ ਦਬਾ ਸਕੇ. ਕਾਫੀ ਸਾਰੇ ਪਾਕਿਸਤਾਨੀ ਈਸਟ ਪਾਕਿਸਤਾਨ ਦੇ ਲੋਕਾਂ ਨੇ ਈਸਟ ਪਾਕਿਸਤਾਨ ਦੇ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ ਗਿਆ. ਥਾਊਜ਼ੈਂਡਸ ਆਫ ਪੀਪਲ ਵਰ ਕਿਲਡ, ਐਂਡ ਦਿਸ ਲੈਡ ਟੂ ਦ ਲਾਰਜ ਸਕੇਲ ਮਾਈਗ੍ਰੇਸ਼ਨ ਇਨਟੂ ਇੰਡੀਆ. ਬਹੁਤ ਸਾਰੇ ਲੋਕਾਂ ਨੇ ਇੱਕ ਰਿਫਿਊਜੀ ਬਣ ਕੇ ਇੰਡੀਆ ਵੱਲ ਮਾਈਗ੍ਰੇਟ ਹੋਣੇ ਲੋਕ ਸਟਾਰਟ ਹੋ ਗਏ. ਲਗਭਗ 80 ਲੱਖ ਲੋਕ ਇੰਡੀਆ ਦੇ ਵਿੱਚ ਆ ਗਏ, ਲੇਕਿਨ ਗਵਰਨਮੈਂਟ ਆਫ ਇੰਡੀਆ ਨੇ ਇੰਨੀ ਸਹਿਣ ਸ਼ਕਤੀ ਅਤੇ ਪੇਸ਼ੈਂਸ ਦਿਖਾਈ ਦੈਟ ਦੇ ਸਪੋਰਟਡ ਦ ਡਿਮਾਂਡ ਆਫ ਦ ਪੀਪਲ ਆਫ ਈਸਟ ਪਾਕਿਸਤਾਨ ਫੋਰ ਦੇਅਰ ਇੰਡੀਪੈਂਡੈਂਸ ਐਂਡ ਹੈਲਪ ਦੈਮ ਫਾਈਨੈਂਸ਼ਲੀ ਐਂਡ ਮਿਲੀਟਰੀਲੀ. ਇੰਡੀਆ ਦੀ ਗਵਰਨਮੈਂਟ ਨੇ ਈਸਟ ਪਾਕਿਸਤਾਨ ਦੇ ਉਹ ਸਾਰੇ ਮਾਈਗ੍ਰੇਟਡ ਲੋਕਾਂ ਦੀ ਬਹੁਤ ਜ਼ਿਆਦਾ ਹੈਲਪ ਕੀਤੀ, ਫਾਈਨੈਂਸ਼ੀਅਲੀ ਵੀ, ਮਿਲੀਟਰੀਲੀ ਵੀ. ਤੇ ਅਖੀਰ ਦੇ ਵਿੱਚ 1971 ਦਸੰਬਰ ਦੇ ਵਿੱਚ ਦੇਰ ਵਾਸ ਵਨ
war between India and Pakistan that ended in the surrender of Pakistani forces in East Pakistan. 1971 ਦੀ ਜਿਹੜੀ ਲੜਾਈ ਸੀ ਉਹਦੇ ਵਿੱਚ ਪਾਕਿਸਤਾਨੀ ਫੋਰਸਸ ਨੂੰ ਈਸਟ ਪਾਕਿਸਤਾਨ ਦੇ ਵਿੱਚ ਜਿਹੜੇ ਉਹ ਸਪਰੈਸ ਕਰਨ ਗਏ ਸੀ ਉੱਥੇ ਉਹਨਾਂ ਨੂੰ ਸਰੈਂਡਰ ਕਰਨਾ ਪਿਆ ਐਂਡ ਦੇਰ ਵਾਸ ਦ ਫਾਰਮੇਸ਼ਨ ਆਫ ਅ ਨਿਊ ਕੰਟਰੀ ਇੰਡੀਪੈਂਡੈਂਟ ਕੰਟਰੀ ਦੈਟ ਵਾਸ ਬੰਗਲਾਦੇਸ਼। ਪਾਰਲੀਮੈਂਟਰੀ ਪ੍ਰੋਸੈਸ ਦੀ ਸੈਟਅਪ ਦੀ ਜਿਹੜੀ ਪ੍ਰੋਸੀਜਰ ਸੀ ਉਹ ਇੱਥੇ ਹੀ ਖਤਮ ਨਹੀਂ ਹੁੰਦਾ ਹੈ। ਯੂ ਕੈਨ ਸਟਾਰਟ ਵਿਦ ਯੋਰ ਫਿਫਥ ਪੁਆਇੰਟ। ਜਦੋਂ ਬਾਂਗਲਾਦੇਸ਼ ਬਣ ਗਿਆ ਤੇ ਬਾਂਗਲਾਦੇਸ਼ ਦਾ ਫਿਫਥ ਪੁਆਇੰਟ ਇਜ਼ ਅਸੈਸੀਨੇਸ਼ਨ ਆਫ ਮੁਜੀਬੁਰ ਰਹਿਮਾਨ। ਤੁਸੀਂ ਇੱਥੇ ਹੈਡਿੰਗ ਦੇ ਸਕਦੇ ਹੋ ਕਿਉਂਕਿ ਹੈਡਿੰਗਸ ਨਾਲ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਦੈਟ ਹੈਡਿੰਗਸ ਮੇਕ ਦ ਆਨਸਰ ਮੋਰ ਇੰਪ੍ਰੈਸਿਵ ਐਂਡ ਮੋਰ ਸਕੋਰੇਬਲ। ਬਾਂਗਲਾਦੇਸ਼ ਦੇ ਵਿੱਚ ਜਦੋਂ ਕੋਨਸਟੀਟਿਊਸ਼ਨ ਡਰਾਫਟ ਕੀਤਾ ਗਿਆ ਦੇ ਡਿਕਲੇਅਰ ਦੈਟ ਵੀ ਬਲੀਵ ਇਨ ਸੈਕੂਲਰਿਜ਼ਮ ਡੈਮੋਕ੍ਰੇਸੀ ਐਂਡ ਸੋਸ਼ਲਿਜ਼ਮ। ਧਰਮ ਨਿਰਪੱਖਤਾ ਲੋਕਤੰਤਰ ਅਤੇ ਸਮਾਜਵਾਦ ਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ। ਹਾਊਏਵਰ ਇਨ 1975 ਸ਼ੇਖ ਮੁਜੀਬੁਰ ਰਹਿਮਾਨ ਹੀ ਗੋਟ ਦ ਕੋਨਸਟੀਟਿਊਸ਼ਨ ਅਮੈਂਡਡ ਟੂ ਸ਼ਿਫਟ ਫਰੋਮ ਪਾਰਲੀਮੈਂਟਰੀ ਟੂ ਪ੍ਰੈਜ਼ੀਡੈਂਸ਼ੀਅਲ ਫੋਰਮ ਆਫ ਗਵਰਨਮੈਂਟ। ਪਹਿਲਾਂ ਪਾਰਲੀਮੈਂਟਰੀ ਫੋਰਮ ਆਫ ਗਵਰਨਮੈਂਟ ਦਾ ਵਿਚਾਰ ਸੀ ਲੇਕਿਨ ਬਾਅਦ ਦੇ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਨੇ ਕੋਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਕੇ ਬਾਂਗਲਾਦੇਸ਼ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਫੋਰਮ ਆਫ ਗਵਰਨਮੈਂਟ ਨੂੰ ਸੈਟਅਪ ਕਰਨ ਦੇ ਹੱਕ ਦੇ ਵਿੱਚ ਅਮੈਂਡਮੈਂਟਸ ਕਰਵਾ ਲਈਆਂ ਐਂਡ ਹੀ ਆਲਸੋ ਟੁੱਕ ਵਨ ਸਟੈਪ ਦੈਟ ਵਾਜ਼ ਕੁਆਇਟ ਨੈਗੇਟਿਵ ਔਨ ਹਿਸ ਸਾਈਡ ਦੈਟ ਹੀ ਅਬੋਲਿਸ਼ਡ ਆਲ ਦਾ ਪਾਰਟੀਜ਼ ਐਕਸੈਪਟ ਹਿਸ ਹੋਨ ਪਾਰਟੀ ਅਵਾਮੀ ਲੀਗ। ਉਹਨੇ ਵੀ ਅਵਾਮੀ ਲੀਗ ਸਿਰਫ ਆਪਣੀ ਪਾਰਟੀ ਨੂੰ ਅੱਗੇ ਰੱਖਿਆ ਬਾਕੀ ਸਾਰੇ ਪਾਰਟੀਜ਼ ਨੂੰ ਉਹਨੇ ਅਬੋਲਿਸ਼ ਕਰਵਾ ਦਿੱਤਾ। ਇਸ ਤਰ੍ਹਾਂ ਕੀ ਹੋਇਆ ਬਾਂਗਲਾਦੇਸ਼ ਦੇ ਵਿੱਚ ਟੈਂਸ਼ਨਸ ਅਤੇ ਕਨਫਲਿਕਟ ਸਟਾਰਟ ਹੋ ਗਏ ਐਂਡ ਐਟ ਦੀ ਐਂਡ ਇਨ ਅ ਡਰਾਮੈਟਿਕ ਐਂਡ ਟ੍ਰੈਜਿਕ ਡਿਵਲਪਮੈਂਟ ਸ਼ੇਖ ਮੁਜੀਬੁਰ ਰਹਿਮਾਨ ਹੀ ਵਾਜ ਅਸਾਸੀਨੇਟਿਡ ਇਨ ਅ ਮਿਲੀਟਰੀ ਅਪਰਾਈਜ਼ਿੰਗ ਇਨ ਔਗਸਟ 1975। ਦਿਸ ਇਜ਼ ਯੋਰ ਫਿਫਥ ਪੁਆਇੰਟ। ਮੁਜੀਬੁਰ ਰਹਿਮਾਨ ਦਾ ਅੰਤ ਹੋ ਜਾਂਦਾ ਹੈ 1975 ਦੇ ਵਿੱਚ। ਉਹ ਹੀ ਵਾਜ ਅਸਾਸੀਨੇਟਿਡ ਇੱਕ ਮਿਲੀਟਰੀ ਅਪਰਾਈਜ਼ਿੰਗ ਦੇ ਵਿੱਚ ਮਿਲੀਟਰੀ ਕੂਪ ਦੇ ਵਿੱਚ ਉਹਨੂੰ ਮਾਰ ਦਿੱਤਾ ਜਾਂਦਾ ਹੈ। ਹੀ ਵਾਜ ਕਿਲਡ ਬਾਏ ਦਾ ਮਿਲੀਟਰੀ ਐਂਡ ਨੈਕਸਟ ਪੁਆਇੰਟ ਇਜ਼ ਸਕਸੈਸਿਵ ਮਿਲੀਟਰੀ ਰੂਲ। ਆਫਟਰ ਦੈਟ ਬਾਂਗਲਾਦੇਸ਼ ਫੇਸਡ ਫਰੋਮ 1975 ਟੂ 1990 ਬਾਂਗਲਾਦੇਸ਼ ਵਾਜ ਰੂਲਡ ਬਾਏ ਮੈਨੀ ਮਿਲੀਟਰੀ ਰੂਲਰਸ। ਦ ਫਸਟ ਅਮੰਗ ਦੈਟ ਯੂ ਹੈਵ ਟੂ ਸਟਾਰਟ ਯੂਅਰ ਪੁਆਇੰਟ ਫਰੋਮ ਹੇਅਰ ਦ ਨਿਊ ਮਿਲੀਟਰੀ ਰੂਲਰ ਜ਼ਿਆ ਉਰ ਰਹਿਮਾਨ ਹੀ ਫੋਰਮ ਹਿਸ ਓਨ ਬਾਂਗਲਾਦੇਸ਼ ਨੈਸ਼ਨਲ ਪਾਰਟੀ ਐਂਡ ਹੀ ਵੋਨ ਦ ਇਲੈਕਸ਼ਨਸ ਇਨ 1979। ਜ਼ਿਆ ਉਰ ਰਹਿਮਾਨ ਬਾਂਗਲਾਦੇਸ਼ ਨੈਸ਼ਨਲ ਪਾਰਟੀ ਦੀ ਸਥਾਪਨਾ ਕਰਦੇ ਨੇ 1979 ਦੇ ਵਿੱਚ। ਆਪਣੇ ਹੱਕ ਦੇ ਵਿੱਚ ਉਹ ਇਲੈਕਸ਼ਨਸ ਵੀ ਜਿੱਤ ਲੈਂਦੇ ਨੇ ਬਟ ਆਫਟਰਵਰਡਸ ਹੀ ਵਾਜ਼ ਅਸਾਸੀਨੇਟਿਡ ਐਂਡ ਅਨਦਰ ਮਿਲੀਟਰੀ ਟੇਕ ਓਵਰ ਫੋਲੋਡ ਅੰਡਰ ਦ ਲੀਡਰਸ਼ਿਪ ਆਫ ਲੈਫਟੀਨੈਂਟ ਜਨਰਲ ਐਚ ਐਮ ਇਰਸ਼ਾਦ। ਐਚ ਐਮ ਇਰਸ਼ਾਦ ਦੀ ਲੀਡਰਸ਼ਿਪ ਦੇ ਵਿੱਚ ਦੁਬਾਰਾ ਮਿਲੀਟਰੀ ਰੂਲ ਸਥਾਪਿਤ ਹੋ ਜਾਂਦਾ ਹੈ। ਦਿਸ ਇਜ਼ ਦ ਐਂਡ ਆਫ ਦ ਪੁਆਇੰਟ। ਇਹ ਇੱਕ ਸੈਪਰੇਟ ਕੁਐਸਚਨ ਵੀ ਬਣ ਸਕਦਾ ਹੈ ਅਤੇ ਬਾਂਗਲਾਦੇਸ਼ ਦੀ ਸਾਰੀ ਹਿਸਟਰੀ ਲਿਖਣ ਨੂੰ ਵੀ ਪੇਪਰ ਦੇ ਵਿੱਚ ਆ ਸਕਦੀ ਹੈ। ਐਂਡ ਜਨਰਲ ਐਚ ਐਮ ਇਰਸ਼ਾਦ ਦੀ ਮਿਲੀਟਰੀ ਰੂਲ ਤੋਂ ਬਾਅਦ the people of Bangladesh they stood up in the support of the demand for democracy. Students sab to agge rahe irshad nu di jehdi party si unna di political activity nu bilkul limitize kar ditta gaya and afterwards he was elected as the president of the nation for 5 years। ਮਾਸ ਪਬਲਿਕ ਪ੍ਰੋਟੈਸਟ ਬਹੁਤ ਸਾਰੇ ਹੋਏ ਅਤੇ ਆਖਿਰ ਦੇ ਵਿੱਚ ਐਚ ਐਮ ਇਰਸ਼ਾਦ ਨੂੰ 1990 ਦੇ ਵਿੱਚ ਆਪਣੀ ਸੀਟ ਛੱਡਣੀ ਪਈ। ਆਪਣੀ ਪ੍ਰੈਜ਼ੀਡੈਂਸ਼ੀਅਲ ਪੋਸਟ ਤੋਂ ਉਹਨੂੰ ਹਟਾ ਦਿੱਤਾ ਗਿਆ। ਹੀ ਹੈਜ਼ ਟੂ ਸਟੈਪ ਡਾਊਨ ਐਂਡ ਇਲੈਕਸ਼ਨਸ ਵਰ ਹੈਲਡ ਸਟਾਰਟਿੰਗ ਫਰੋਮ 1975 ਟੂ 1990। ਦ ਰੂਲ ਆਫ ਮਿਲੀਟਰੀ ਵਾਜ ਦੇਅਰ ਐਂਡ ਇਟ ਸੋ ਟੂ ਮੇਜਰ ਮਿਲੀਟਰੀ ਟੇਕ ਓਵਰਸ ਇਨ ਬਾਂਗਲਾਦੇਸ਼। ਇਲੈਕਸ਼ਨਸ 1991 ਦੇ ਵਿੱਚ ਹੁੰਦੇ ਨੇ ਐਂਡ ਉੱਥੋਂ ਤੋਂ ਲੈ ਕੇ ਹੁਣ ਤੱਕ ਦੇਰ ਇਜ਼ ਰੀਪ੍ਰਜੈਂਟੇਟਿਵ ਡੈਮੋਕ੍ਰੇਸੀ
based on multi-party elections has been working in Bangladesh. If we talk about today's current position, currently since 1991, parliamentary system was adopted since today. And parliamentary representative democratic republic is there in Bangladesh. PM is the head of the government and current cabinet is headed by Fourth Hasina cabinet. It is known as Fourth Hasina cabinet that is ruling over Bangladesh. This is all with the question of Bangladesh. If you start, students pay attention this side. The question can come in this way that what do you know about the formation of establishment of democracy in Bangladesh? And one more question can be started from this page number 71, that even after independence, democracy took a long time in coming to Bangladesh justified. Independence se Bangladesh no 1971 de vich mil gayi si. Lekin 1991 de vich, kareeb 20 saal de baad, ਡੈਮੋਕ੍ਰੇਸੀ ਦੀ ਐਸਟੈਬਲਿਸ਼ਮੈਂਟ ਹੋਈ ਬਾਂਗਲਾਦੇਸ਼ ਦੇ ਵਿੱਚ ਤੇ ਇੰਨਾ ਲੰਬਾ ਸਮਾਂ ਕਿਉਂ ਲੱਗਿਆ ਬਹੁਤ ਲੰਬਾ ਸਮਾਂ ਲੱਗਿਆ ਡੈਮੋਕ੍ਰੇਸੀ ਨੂੰ ਸੈਟਅਪ ਐਸਟੈਬਲਿਸ਼ ਕਰਨ ਲਈ ਬਾਂਗਲਾਦੇਸ਼ ਦੇ ਵਿੱਚ ਇਹ ਸਟੇਟਮੈਂਟ ਤੁਸੀਂ ਜਸਟੀਫਾਈ ਕਰਨੀ ਹੈ ਜੇ ਇਹ ਸੈਪਰੇਟ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਸਾਰਾ ਦਾ ਸਾਰਾ ਇੱਥੋਂ ਸ਼ੇਖ ਮੁਜੀਬੁਰ ਰਹਿਮਾਨ ਦੀ ਪਾਰਟੀ ਦੇ ਬਾਰੇ ਲਿਖ ਸਕਦੇ ਹੋ ਉਹਨੇ ਕਿਸ ਤਰ੍ਹਾਂ ਦੂਸਰੀ ਪਾਰਟੀ ਨੂੰ ਅਬੋਲਿਸ਼ ਕੀਤਾ ਉਹਦੀ ਅਸੈਸੀਨੇਸ਼ਨ ਹੋਈ ਨਿਆ ਰੂਲਰ ਮਿਲੀਟਰੀ ਰੂਲਰ ਜ਼ਿਆਉਰ ਰਹਿਮਾਨ ਆਏ ਉਸ ਤੋਂ ਬਾਅਦ ਜਨਰਲ ਲੈਫਟੀਨੈਂਟ ਜਨਰਲ ਐਸ਼ਮ ਇਰਸ਼ਾਦ ਆਏ 1991 ਦੇ ਵਿੱਚ ਇਰਸ਼ਾਦ ਨੂੰ ਸਟੈਪ ਡਾਊਨ ਕਰਨਾ ਪਿਆ ਤੇ 1991 ਦੇ ਵਿੱਚ ਰਿਪ੍ਰੈਜ਼ੈਂਟੇਟਿਵ ਡੈਮੋਕ੍ਰੇਸੀ ਵਾਸ ਐਸਟੈਬਲਿਸ਼ਡ ਇਨ ਬਾਂਗਲਾਦੇਸ਼ ਦਿਸ ਥਿੰਗ ਯੂ ਹੈਵ ਟੂ ਰਾਈਟ ਡਾਊਨ ਦਿਸ ਇਜ਼ ਆਲ ਵਿਦ ਦ ਕੁਐਸਚਨ ਆਫ ਬਾਂਗਲਾਦੇਸ਼ ਹੈਵ ਅ ਨਾਈਸ ਸਟੇ ਐਟ ਯੋਰ ਹਾਊਸਿਸ ਸਟੇ ਐਟ ਯੋਰ ਹਾਊਸਿਸ ਐਂਡ ਸਟੇ ਸੇਫ until and unless any emergency is there, don't step out of your houses. Thank you.